ਨਕੋਦਰ ਵਿਖੇ ਹੋਈ 1986 ਦੇ ਗੋਲੀਕਾਂਡ ਵਿੱਚ ਸ਼ਹੀਦ ਹੋਏ ਚਾਰ ਨੌਜਵਾਨਾਂ ਦੀ ਯਾਦ ਦੇ ਵਿੱਚ 33ਵੀਂ ਬਰਸੀ ਨਕੋਦਰ ਦੇ ਨਾਲ ਲੱਗਦੇ ਪਿੰਡ ਲਿੱਤਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਮਨਾਈ ਗਈ। ਇਸ ਸਮਾਗਮ ਦੌਰਾਨ ਸ਼ਹੀਦ ਹੋਏ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਵਾਸੀ ਲਿੱਤਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਬਰਗਾੜੀ ਕਾਂਡ ਦੇ ਲਈ SIT ਬਣਾਈ ਗਈ ਸੀ ਅਤੇ ਇਸੇ ਪ੍ਰਕਾਰ ਨਕੋਦਰ ਵਿਖੇ ਹੋਈ ਗੋਲੀਕਾਂਡ ਦੇ ਲਈ ਵੀ SIT ਬਣਾਈ ਜਾਵੇ ਤਾਂ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ। ਇਹ ਜੀ ਅਸੀਂ 33 ਸਾਲ ਤੋਂ ਮਨਾ ਰਹੇ ਹਾਂ। ਮੈਂ ਇਹੀ ਚਾਹੁੰਦਾ ਵੀ 33 ਸਾਲ ਤੋਂ ਸਾਡੀ ਜਿਹੜੀ ਆਵਾਜ਼ ਆ ਇਹ ਸਰਕਾਰ ਅਤੇ ਕੌਮ ਦੇ ਕੰਨਾਂ ਦੇ ਵਿੱਚ ਪੈ ਜਾਵੇ। ਤੁਸੀਂ ਆਪਣੇ ਮੀਡੀਆ ਨਾਲ ਇਹ ਜਿਹੜੀ ਮੇਰੀ ਆਵਾਜ਼ ਆ ਉਹ ਉੱਥੇ ਤੱਕ ਪਹੁੰਚਾਓ। ਤੁਸੀਂ ਆਏ ਆ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਾਂ। ਅਤੇ ਸਰ ਉਸ ਟਾਈਮ ਜਿਹੜਾ ਹੈਗਾ 4 ਜਣੇ ਸ਼ਹੀਦ ਹੋਏ ਸੀ, ਕੀ ਨਾਮ ਸੀਗੇ ਉਹਨਾਂ ਦੇ? ਬਲਤੀਰ ਸਿੰਘ, ਝਲਮਣ ਸਿੰਘ, ਹਰਮਿੰਦਰ ਸਿੰਘ, ਰਵਿੰਦਰ ਸਿੰਘ। ਅਤੇ ਤੁਸੀਂ ਸਰਕਾਰ ਨੂੰ ਇਸ ਬਾਰੇ ਕਈ ਵਾਰੀ ਲਿਖ ਵੀ ਚੁੱਕੇ ਹੈਗੇ ਆ, ਅਤੇ ਸਰਕਾਰ ਤੁਹਾਨੂੰ ਕੀ ਕਹਿ ਰਹੀ ਹੈ ਇਸ ਬਾਰੇ? ਸਰਕਾਰ ਕੋਈ